ਸਤਿ ਸ੍ਰੀ ਅਕਾਲ ਮੈਂ ਦਵਿੰਦਰ YouTube ਚੈਨਲ ਸੰਧੂ ਫਾਰਮਿੰਗ ਹੈਲਪ ਵਿੱਚ ਆਪ ਦਾ ਸਵਾਗਤ ਕਰਦਾ ਹਾਂ ਇਸ ਵੀਡੀਓ ਵਿੱਚ ਮੈਂ ਪਸ਼ੂਆਂ ਦੀ ਖਾਣਕ ਵਿੱਚ ਵੰਡ ਬਣਾਉਣ ਬਾਰੇ ਜਾਣਕਾਰੀ ਦੇਵਾਂਗਾ ਜਿਹੜੇ ਕਿਸਾਨ ਵੀਰਾਂ ਨੇ ਪਸ਼ੂ ਰੱਖੇ ਹੋਏ ਆ ਉਹ ਇਸ ਵੀਡੀਓ ਨੂੰ ਧਿਆਨ ਨਾਲ ਦੇਖ ਲੈਣ ਚਲੋ ਵੀਡੀਓ ਸ਼ੁਰੂ ਕਰੀਏ ਕਿਸਾਨ ਵੀਰੋ ਹਰੇ ਚਾਰੇ ਦੇ ਨਾਲ 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 ਪਸ਼ੂਆਂ ਨੂੰ ਚੰਗੀ ਕੁਆਲਿਟੀ ਦਾ ਵੰਡ ਪਾਉਣਾ ਵੀ ਬਹੁਤ ਜ਼ਰੂਰੀ ਹੈ ਤਾਂ ਹੀ ਉਹਨਾਂ ਤੋਂ ਪੂਰਾ ਦੁੱਧ ਲਿਆ ਜਾ ਸਕਦਾ ਹੈ ਅਤੇ ਉਹਨਾਂ ਦੀ ਸਿਹਤ ਨੂੰ ਠੀਕ ਰੱਖਿਆ ਜਾ ਸਕਦਾ ਹੈ ਵੰਡ ਬਾਜ਼ਾਰ ਵਿੱਚੋਂ ਖਰੀਦਣ ਨਾਲੋਂ ਆਪ ਘਰੇ ਤਿਆਰ ਕਰਨਾ ਚਾਹੀਦਾ ਹੈ ਤਾਂ ਇਹ ਸਸਤਾ ਵੀ ਪਵੇਗਾ ਅਤੇ ਕੁਆਲਿਟੀ ਵੀ ਵਧੀਆ ਹੋਵੇਗੀ ਜਿਹੜੇ ਕਿਸਾਨ ਵੀਰਾਂ ਕੋਲ ਆਪਣੀ ਜ਼ਮੀਨ ਹੈ ਉਹ ਵੰਡ ਵਿੱਚ ਪੌਣ ਵਾਲੀਆਂ ਦੀਚਾਂ ਬਹੁਤੀਆਂ ਆਪਣੀ ਜ਼ਮੀਨ ਵਿੱਚ ਹੀ ਪੈਦਾ ਕਰ ਸਕਦੇ ਹਨ ਜਿਵੇਂ ਕਿ ਕਣਕ जौ ਸਰੋਂ ਛੋਲੇ ਤਾਰਾ ਮੇਰਾ ਮੱਕੀ ਬਾਜਰਾ ਜਵੀ ਕਪਾਹ ਆਦਿ ਸਮਾਨ ਥੋੜਾ ਹੀ ਬਾਜ਼ਾਰ ਵਿੱਚੋਂ ਖਰੀਦਣਾ ਪਵੇਗਾ ਜਿਵੇਂ ਕਿ ਨਮਕ ਮਿਨਰਲ ਮਿਕਸਚਰ ਅਤੇ ਮਿੱਠਾ ਸੋਡਾ ਆਦਿ ਜਿਹੜੇ ਕਿਸਾਨ ਵੀਰਾਂ ਕੋਲ ਜ਼ਮੀਨ ਨਹੀਂ ਹੈ ਉਹ ਚੀਜ਼ਾਂ ਆਮ ਬਾਜ਼ਾਰ ਵਿੱਚੋਂ ਖਰੀਦ ਕੇ ਕੋਲ ਖੜ ਕੇ ਪਸਵਾ ਕੇ ਦਾਣਾ ਬਣਵਾ ਸਕਦੇ ਆ ਬਣਾਇਆ ਦਾਣਾ ਨਹੀਂ ਖਰੀਦਣਾ ਚਾਹੀਦਾ ਕੁਆਲਿਟੀ ਘਟੀਆ ਹੁੰਦੀ ਹੈ ਅਤੇ ਫਿਰ ਪਸ਼ੂ ਪੂਰਾ ਦੁੱਧ ਨਹੀਂ ਦਿੰਦੇ ਤੇ ਨਾ ਹੀ ਟਾਈਮ ਸਿਰ ਦੁਆਰਾ ਬੰਦੇ ਹਨ ਆਮ ਤੌਰ ਤੇ ਵੰਡ ਵਿੱਚ 30% اناਜ ਪਾਇਆ ਜਾਂਦਾ ਹੈ 30% ਖਲਾਂ 30% ਛਿਲਕਾ 2 ਕਿਲੋ ਨਮਕ 2 ਕਿਲੋ ਮਿਨਰਲ ਮਿਕਸਚਰ 5 ਕਿਲੋ ਗੁੜ ਅੱਧਾ ਕਿਲੋ ਮਿੱਠਾ ਸੋਡਾ ਅਤੇ ਅੱਧਾ ਕਿਲੋ ਨਸਾਦਰ ਟਿੱਕਰੀ ਇਹ ਕੁਆਂਟਲ ਬਣ ਗਿਆ ਇਹ ਹਿਸਾਬ ਨਾਲ ਵੰਡ ਬਣਾ ਲੈਣਾ ਜਿਹੜੀ ਚੀਜ਼ ਘਰੇ ਆ ਕਰੋ ਪਾ ਲੋ ਜਿਹੜੀ ਨਹੀਂ ਹੈਗੀ ਬਾਜ਼ਾਰ ਚ ਲੈ ਆ ਕੇ ਤੇ ਕੋਲ ਖੜ ਕੇ ਪਸਵਾ ਲਓ ਇਹ ਵਾਂਡਾ ਆਪਾਂ 10 ਲੀਟਰ ਵਾਲੀਆਂ ਮੱਜਾਂ ਅਤੇ 15 ਲੀਟਰ ਤੱਕ ਦੁੱਧ ਦੇਣ ਵਾਲੀਆਂ ਗਾਵਾਂ ਨੂੰ ਦੁੱਧ ਦੇ ਹਿਸਾਬ ਨਾਲ ਪਾਉਣਾ ਹੈ ਮੱਝ ਨੂੰ 1 ਕਿਲੋ ਦੁੱਧ ਮਗਰ 500 ਗ੍ਰਾਮ ਅਤੇ ਗਾਂ ਨੂੰ 1 ਕਿਲੋ ਦੁੱਧ ਮਗਰ 350 ਗ੍ਰਾਮ ਪਾਉਣਾ ਹੈ ਇਸ ਤੋਂ ਜ਼ਿਆਦਾ ਦੁੱਧ ਦੇਣ ਵਾਲੇ ਪਸ਼ੂਆਂ ਦਾ ਵੰਡ ਵੱਖਰੀ ਤਰ੍ਹਾਂ ਦਾ ਹੁੰਦਾ ਹੈ। ਇਸ ਵੰਡ ਦੇ ਨਾਲ ਨਾਲ ਚੰਗਾ ਹਰਾਚਾਰਾ ਵੀ ਪਸ਼ੂਆਂ ਨੂੰ ਰਜਮਾ ਪਾਉਣਾ ਚਾਹੀਦਾ ਹੈ। ਕਿਸਾਨ ਵੀਰੋ ਰੋਤ ਦੇ ਹਿਸਾਬ ਨਾਲ ਵੀ ਵੰਡ ਵਿੱਚ ਥੋੜਾ ਬਹੁਤ ਬਦਲਾਅ ਕੀਤਾ ਜਾ ਸਕਦਾ ਹੈ। ਉਮੀਦ ਹੈ ਕਿ ਕਿਸਾਨ ਵੀਰੋ ਤੁਹਾਨੂੰ ਪਸ਼ੂਆਂ ਦਾ ਵੰਡ ਕਿਵੇਂ ਬਣਾਉਣਾ ਇਸ ਬਾਰੇ ਪਤਾ ਲੱਗ ਗਿਆ ਹੋਵੇਗਾ। ਵੀਰ ਗੁਰ ਨੂੰ ਹੋਰ ਕਿਸਾਨ ਵੀਰਾਂ ਨਾਲ ਸ਼ੇਅਰ ਕਰਨਾ। ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਵੇਖ ਲਈ ਤੁਹਾਡਾ